एक आरटीआई दे मुताबक जो मैं सिविल हस्पताल श्री मुक्तसर साहब दे संबंधित अधिकारियों नूं पाई सी उहदे विच इन्हां ने दस्सिया कि 41 डाक्टरां दीआं असामियां श्री मुक्तसर साहब दे हस्पताल दे विच ने और जिस विचों करीब करीब 20 असामियां ही भरीआं ने और कहण दा भाव इह है कि 21 डाक्टरां दीआं असामियां खाली और स्टाफ नर्सां की गल की जाए तो सिविल हस्पताल मुक्तसर दे विच 47 स्टाफ नर्सां की नियुक्ति चाहिए है उहदे विचों 34 असामियां खाली ने। जदों आपां 13 बंदे 47 बंदिया का काम करनगे तो उन्हां ते भी बर्डन है और किते ना किते काम दे विच थोड़ा जा अपना गिरावट भी आऊगी। ਸਾਡੇ ਕੋਲੇ ਜਿਹੜੇ ਸਪੈਸ਼ਲ EMO ਦੀਆਂ ਘਾਟ ਹੈਗੀਆਂ ਉਹ ਸਾਡੇ ਕੋਲੇ 1 EMO ਰੈਗੂਲਰ ਹੈ ਸਾਡਾ ਜਿਹੜਾ ਆਪਦਾ EMO ਹੈਗਾ ਬਾਕੀ ਜਿੰਨੀਆਂ ਵੀ ਪੋਸਟਾਂ ਹੈਗੀਆਂ ਉਹ 11 ਪੋਸਟਾਂ ਹੈਗੀਆਂ 11 ਖਾਲੀ ਪਈਆਂ। ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਜੀ ਉਦੋਂ ਦਾ ਇੱਥੇ ਡਾਕਟਰਾਂ ਦੀਆਂ ਹੀ ਕਮੀਆਂ ਪਰ ਆਹ ਜਿਹੜੀ ਰਿਪੋਰਟ ਹੈ ਇਹ ਮੈਨੂੰ ਕਰੀਬ 1 ਹਫ਼ਤਾ ਪਹਿਲਾਂ ਮਿਲੀ ਹੈ। ਇਸ ਦੇ ਮੁਤਾਬਕ ਜਿਹੜਾ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਡਾਕਟਰਾਂ ਦੀਆਂ ਸਟਾਫ ਨਰਸਾਂ ਦੀਆਂ ਉਹਨਾਂ ਨਾਲ ਜਿਹੜੇ ਸੰਬੰਧਿਤ ਹੋਰ ਜਿਹੜੇ ਵਿਭਾਗ ਨੇ ਔਰ ਉਹਨਾਂ ਦੇ ਜਿਹੜੇ ਲੁੜੀਂਦੇ ਕਰਿੰਦੇ ਨੇ ਉਹਨਾਂ ਦੀਆਂ ਇੱਥੇ ਕਮੀਆਂ ਨਹੀਂ। ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਜੇ ਕੋਈ ਕਦੀ ਚੀਜ਼ ਖਰਾਬ ਹੁੰਦੀ ਹੈ ਤਾਂ ਅਸੀਂ ਉੱਪਰ ਲਿਖ ਕੇ ਭੇਜਦੇ ਹਾਂ ਜਾਂ ਕੰਪਨੀ ਜਿਹੜੀ ਠੀਕ ਕਰਦੀ ਹੈ ਉਹਨੂੰ ਈਮੇਲ ਪਾ ਕੇ ਠੀਕ ਕਰਾਉਂਦੇ ਹਾਂ ਪਰ ਮੇਜਰ ਹੈ ਜੀ ਕੋਈ ਸਾਨੂੰ ਅਜੇ ਲੋਡ ਨਹੀਂ ਹੈਗੀ ਵੀ ਹੁਣੀ ਸਾਡੇ ਕੋਲ ਅਲਟਰਾਸਾਊਂਡ ਮਸ਼ੀਨ ਵੀ ਬਹੁਤ ਵਧੀਆ ਕੁਆਲਿਟੀ ਦੀ ਆਈ ਹੈ। ਐਕਸਰੇ ਦਾ ਸਾਡਾ ਥੋੜ੍ਹਾ ਜਿਹਾ ਹੈਗਾ ਸੀ ਅਸੀਂ ਉਹ ਲਿਖ ਕੇ ਵੀ ਭੇਜਦੇ ਹਾਂ ਉਹ ਤਾਂ ਕੰਮ ਕਰ ਰਿਹਾ ਪਰ ਵਿੱਚ ਵਿੱਚ ਕਈ ਵਾਰੀ ਖਰਾਬ ਹੋ ਜਾਂਦਾ ਉਹ ਠੀਕ ਕਰਾਉਂਦੇ ਰਹਿੰਦੇ ਹਾਂ। ਕੀ ਨਾਮ ਔਰ ਜਿਹੜਾ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਕਮੀ ਹੈ ਕਿਹੜੇ ਕਿਹੜੇ ਹਸਪਤਾਲਾਂ ਦੀ ਕਮੀ ਹੈਗੀ ਔਰ ਕਿੰਨੀ ਕੁ ਮੁਸ਼ਕਲ ਹੈ ਜੋ ਆਮ ਲੋਕਾਂ ਨੂੰ ਝੱਲਣੀ ਪੈਂਦੀ ਹੈ। ਮੇਰਾ ਨਾਮ ਅਨੁਰਾਗ ਸ਼ਰਮਾ ਹੈ। एक आरटीआई दे मुताबक जो मैं सिविल हस्पताल श्री मुक्तसर साहब दे संबंधित अधिकारियों नूं पाई सी उहदे विच इन्हां ने दस्सिया कि 41 डाक्टरां दीआं असामियां श्री मुक्तसर साहब दे हस्पताल दे विच ने और जिस विचों करीब करीब 20 असामियां ही भरीआं ने और कहण दा भाव इह है कि 21 डाक्टरां दीआं असामियां खाली ने और स्टाफ नर्सां दी गल कीती जावे तां सिविल हस्पताल मुक्तसर दे विच 47 स्टाफ नर्सां दी नियुक्ति चाहीदी है ਉਹਦੇ ਵਿੱਚੋਂ 34 ਅਸਾਮੀਆਂ ਖਾਲੀ ਨੇ ਔਰ 13 ਹੀ ਸਟਾਫ ਨਰਸਾਂ ਇੱਥੇ ਮੌਜੂਦ ਨੇ ਜੋ ਕੰਮ ਕਰਦੀਆਂ ਨੇ ਔਰ ਇਹਨਾਂ ਦਾ ਬਰਡਨ ਹੈ। ਵੇਖੋ ਜਦੋਂ ਆਪਾਂ 13 ਬੰਦੇ 47 ਬੰਦਿਆਂ ਦਾ ਕੰਮ ਕਰਨਗੇ ਤਾਂ ਉਹਨਾਂ 'ਤੇ ਵੀ ਬਰਡਨ ਹੈ ਔਰ ਕਿਤੇ ਨਾ ਕਿਤੇ ਕੰਮ ਦੇ ਵਿੱਚ ਥੋੜ੍ਹਾ ਜਿਹਾ ਆਪਣਾ ਗਿਰਾਵਟ ਵੀ ਆਊਗੀ। ਔਰ ਉਸੇ ਡਾਕਟਰ ਹੈ ਜਿਹੜੇ ਮਾਹਿਰ ਡਾਕਟਰ ਹੈ ਬੱਚਿਆਂ ਦਾ ਡਾਕਟਰ ਇੱਥੇ ਹੈ ਨਹੀਂਗਾ ਕੰਨਾਂ ਦਾ ਅੱਖਾਂ ਦਾ ਸੋਰੀ ਕੰਨਾਂ ਦਾ ਨੱਕਾਂ ਦਾ ਨੱਕ ਦਾ ਆਪਣਾ ਡਾਕਟਰ ਹੈ ਨਹੀਂਗਾ ਔਰ ਜਿਹੜਾ ਇੱਥੇ ਸਾਰਿਆਂ ਨਾਲੋਂ ਮੇਨ ਹੈ ਕਿ ਜਦੋਂ ਬੇਹੋਸ਼ੀ ਵਾਲਾ ਜਦੋਂ ਕਿਸੇ ਨੂੰ ਆਪਾਂ ਬੇਹੋਸ਼ ਕਰਨਾ ਉਹ ਡਾਕਟਰ ਹੈ ਨਹੀਂ ਗਾ। ਕਿਸੇ ਮੇਰੀ ਭੈਣ ਨੇ ਵੱਡਾ ਆਪਰੇਸ਼ਨ ਕਰਾਉਣਾ ਹੋਵੇ ਤਾਂ ਉਸ ਨੂੰ ਉਹ ਡਾਕਟਰ ਦੀ ਬੜੀ ਜ਼ਰੂਰਤ ਹੁੰਦੀ ਹੈ ਉਸ ਡਾਕਟਰ ਦੀ ਵੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵੱਡੇ ਪੱਧਰ ਤੇ ਕਮੀ ਹੈ। ਔਰ ਇੱਥੇ ਸਾਰੇ ਹੀ ਹੈ ਜੀ ਬਹੁਤ ਵੱਡੇ ਪੱਧਰ ਤੇ ਡਾਕਟਰਾਂ ਦੀਆਂ ਕਮੀਆਂ ਨੇ ਔਰ ਇੱਥੇ ਜਿਹੜੀਆਂ ਆਪਣੇ ਚੀਫ ਫਾਰਮੇਸੀ ਅਫਸਰ ਦੀ ਕਮੀ ਹੈ MLT ਗ੍ਰੇਡ ਹੈ ਨਹੀਂ ਗੇ ANT ਹੈ ਨਹੀਂ ਗੇ ਰੇਡੀਓਗ੍ਰਾਫਰ ਹੈ ਨਹੀਂ ਗੇ ਡਰਾਈਵਰ ਹੈ ਨਹੀਂ ਗੇ ਠੀਕ ਹੈ ਡਾਇਲਿਸਿਸ ਟੈਕਨੀਸ਼ੀਅਨ ਹੈ ਨਹੀਂ ਗੇ ਮਤਲਬ ਕੁੱਲ ਮਿਲਾ ਕੇ ਇਹ ਜਿਹੜਾ ਹਸਪਤਾਲ ਹੈ ਇਹ ਇੱਕ ਹੋਰ ਕੁਝ ਸਮੇਂ ਬਾਅਦ ਚਿੱਟਾ ਹਾਥੀ ਆਪਾਂ ਨੂੰ ਸਾਬਤ ਹੋ ਜਾਏਗਾ ਇਸ ਤੋਂ ਉੱਪਰ ਕੁਛ ਨਹੀਂ। ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਜੀ ਉਦੋਂ ਦਾ ਇੱਥੇ ਡਾਕਟਰਾਂ ਦੀਆਂ ਹੀ ਕਮੀਆਂ ਪਰ ਆਹ ਜਿਹੜੀ ਰਿਪੋਰਟ ਹੈ ਇਹ ਮੈਨੂੰ ਕਰੀਬ 1 ਹਫ਼ਤਾ ਪਹਿਲਾਂ ਮਿਲੀ ਹੈ। ਇਸ ਦੇ ਮੁਤਾਬਕ ਜਿਹੜਾ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਡਾਕਟਰਾਂ ਦੀਆਂ ਸਟਾਫ ਨਰਸਾਂ ਦੀਆਂ ਉਹਨਾਂ ਨਾਲ ਜਿਹੜੇ ਸੰਬੰਧਿਤ ਹੋਰ ਜਿਹੜੇ ਵਿਭਾਗ ਨੇ ਔਰ ਉਹਨਾਂ ਦੇ ਜਿਹੜੇ ਲੁੜੀਂਦੇ ਕਰਿੰਦੇ ਨੇ ਉਹਨਾਂ ਦੀਆਂ ਇੱਥੇ ਕਮੀਆਂ ਹੈ। ਜਿਸ ਤਰ੍ਹਾਂ ਦੇ ਨਾਮ ਮੰਨ ਲਓ ਡਾਕਟਰਾਂ ਦੀ ਘਾਟ ਆ ਪਰ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਜਿਹੜੀ ਸੀ ਸਹੂਲਤਾਂ ਅਸੀਂ ਵਧੀਆ ਕਰਾਂਗੇ ਵਧੀਆ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਊਗਾ ਅਤੇ ਲੇਕਿਨ ਮੰਨ ਲਓ ਇੰਨੇ ਡਾਕਟਰਾਂ ਦੀ ਘਾਟ ਆ ਲੋਕਾਂ ਨੂੰ ਖੱਜਲ ਖੁਆਰੀ ਹੋ ਰਹੀ ਹੈ ਕਿਵੇਂ ਦੇਖਦੀ ਇਹਨਾਂ ਨੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਦੇ 2 ਹੀ ਮਾਡਲ ਸੀਗੇ ਇੱਕ ਸੀਗਾ ਜੀ ਸਿੱਖਿਆ ਮਾਡਲ ਅਤੇ ਇੱਕ ਸੀਗਾ ਸਿਹਤ ਮਾਡਲ। ਸਿਹਤ ਮਾਡਲ ਦਾ ਵੀ ਜਲੂਸ ਨਿਕਲਿਆ ਹੋਇਆ ਔਰ ਸਿੱਖਿਆ ਮਾਡਲ ਦਾ ਵੀ ਜਲੂਸ ਨਿਕਲਿਆ ਹੋਇਆ ਔਰ ਜਿਹੜੀ ਆਪਾਂ ਗੱਲ ਕਰ ਲਈਏ ਮਹੱਲਾ ਕਲੀਨਿਕ ਦੀ ਜਦੋਂ ਤੁਸੀਂ ਇਹ ਵੇਖੋ ਸਿਵਲ ਹਸਪਤਾਲ ਜਿਹੜਾ ਆਪਣਾ ਜ਼ਿਲ੍ਹੇ ਦਾ ਮੇਨ ਹਸਪਤਾਲ ਹੈ ਸਾਰਿਆਂ ਨਾਲੋਂ ਵੱਡਾ ਹਸਪਤਾਲ ਜਿਹਨੂੰ ਆਪਾਂ ਗਿਣਿਆ ਜਾਂਦਾ ਉੱਥੇ ਡਾਕਟਰਾਂ ਦੀ ਐਡੇ ਵੱਡੇ ਪੱਧਰ 'ਤੇ ਕਮੀ ਹੈ ਉੱਥੇ ਆਪਾਂ ਮਹੱਲਾ ਕਲੀਨਿਕਾਂ ਤੋਂ ਕੀ ਲੈ ਲਾਂਗੇ।
और जिवें आपां वेखदे हां जदों कोई अफसर जां कोई MLA MP बीमार होंदा है वह कदे तुसीं वेख्या महला क्लीनिक दे विच जा के उन्हें इलाज कराया होवे नहीं वह जाते हैं प्राइवेट हस्पतालों के व्डे व्डे इस तो उल्ट श्री मुक्तसर साहब के आप हस्पतालों की गल करी जाए मैं एक बार फिर दस दिना इतने 41 डाक्टर दियां असामियां जिदे विचों 21 असामियां खाली ने और स्टाफ नर्सा दे विच जे गल की जाए तो 47 स्टाफ नर्सा की इतने नियुक्ति चाहिए है जिदे चो सिर्फ तो सिर्फ 13 स्टाफ नर्स है 34 है जिहड़ियां स्टाफ नर्सा उन्हां दी जिहड़ा इत्थे पद है वह खाली पए हुए ने महला क्लीनिक दे नाते लोगों नूं गुमराह किया जा रहा हकीकत यह है कि जिहड़े सरकारी हस्पताल पहलां तो बने हुए है उन्हां दे विच वी इन्हां दा जिहड़ा लोड़ींदा स्टाफ है वह पूरा नहीं हैगा ਸਾਡੇ ਕੋਲ ਲਗਭਗ ਤੁਸੀਂ ਕਹਿ ਸਕਦੇ ਹੋ ਜਿਹੜੇ ਸਾਡੇ ਆਪਦੇ ਪੋ ਇੱਥੇ ਜਿਨ੍ਹਾਂ ਦੀ ਪਰਮਾਨੈਂਟ ਪੋਸਟਿੰਗ ਆ 16 ਡਾਕਟਰ ਹੈ 2-4 ਡਾਕਟਰ ਸਾਡੇ ਕੋਲ ਡੈਪੂਟੇਸ਼ਨ 'ਤੇ ਨੇ ਕੋਈ 2 ਦਿਨ ਆਉਂਦਾ ਕੋਈ 3 ਦਿਨ ਆਉਂਦਾ ਉਸ ਹਿਸਾਬ ਨਾਲ ਵੀ 21 ਡਾਕਟਰ ਸਾਡੇ ਕੋਲ ਹੈਗੇ ਨੇ ਸਾਡੇ ਕੋਲ ਜਿਹੜੇ ਸਪੈਸ਼ਲ EMO ਦੀਆਂ ਘਾਟ ਹੈਗੀਆਂ ਉਹ ਸਾਡੇ ਕੋਲ 21 EMO ਰੈਗੂਲਰ ਹੈ ਸਾਡਾ ਜਿਹੜਾ ਆਪਦਾ EMO ਹੈਗਾ ਬਾਕੀ ਜਿੰਨੀਆਂ ਵੀ ਪੋਸਟਾਂ ਹੈਗੀਆਂ ਉਹ 11 ਪੋਸਟਾਂ ਹੈਗੀਆਂ 11 ਖਾਲੀ ਪਈਆਂ ਜਿਹੜੀਆਂ ਵਧਾ ਕੇ ਉਹਨੂੰ ਮੇਰੇ ਖਿਆਲ 19 ਕਰਤੀਆਂ ਉਵੇਂ ਖਾਲੀ ਪਈਆਂ ਸਰਕਾਰ ਵੱਲੋਂ ਅਜੇ ਤੱਕ ਪ੍ਰਪੋਜ਼ਲ ਆਇਆ ਹੋਇਆ 19 ਦਾ ਉਹ ਖਾਲੀ ਪਈਆਂ ਸਾਡੇ ਕੋਲ ਜੇ ਖਾਲੀ ਪਈਆਂ ਜਿਹੜੀਆਂ ਪੋਸਟਾਂ ਉਹਦੇ ਵਿੱਚੋਂ ਬੇਹੋਸ਼ੀਆ ਡਾਕਟਰ ਅਨਸਥੈਟਿਸਟ ਖਾਲੀ ਪਿਆ MD ਮੈਡੀਸਨ ਦਿਲ ਅਤੇ ਛਾਤੀ ਰੋਗਾਂ ਦਾ ਮਾਹਰ ਡਾਕਟਰ ਖਾਲੀ ਪਿਆ ਹੈ ਸਾਡੇ ਕੋਲ ਰੇਡੀਓਲੋਜਿਸਟ ਜਿਹੜੇ ਸਕੈਨ ਕਰਦੇ ਨੇ ਡਾਕਟਰ ਉਹ ਵੀ ਸਾਡੇ ਕੋਲ ਖਾਲੀ ਪਿਆ ਹੈ ਸਾਡੇ ਕੋਲ ENT ਨੱਕ ਗਲੇ ਕੰਨ ਦੇ ਡਾਕਟਰ ਉਹ ਵੀ ਹੈ ਨਹੀਂ ਗੇ ਅਤੇ ਹੋਰ ਲਗਭਗ ਇਹ ਡਾਕਟਰ ਸਾਡੇ ਕੋਲ ਨਹੀਂ ਹੈਗੇ ਬਾਕੀ ਅਸੀਂ ਤਾਂ ਲਿਖ ਕੇ ਭੇਜ ਚੁੱਕੇ ਹਾਂ ਕਿ ਬਹੁਤ ਵਾਰੀ ਸਰਕਾਰ ਨੂੰ ਕਿ ਸਾਨੂੰ ਸਪੈਸ਼ਲ ਡਾਕਟਰਾਂ ਦੀ ਘਾਟ ਆ ਕੋਸ਼ਿਸ਼ ਵੀ ਕੀਤੀ ਜਾ ਰਹੀ ਉਹਨਾਂ ਵੱਲੋਂ NHM 'ਚ ਡਾਕਟਰ ਭੇਜੀ ਵੀ ਗਏ ਸੀ ਪਰ ਉਹ ਇਹ ਕਿ ਉਹਨਾਂ ਨੂੰ ਕਿਤੇ ਹੋਰ ਜੋਬ ਮਿਲ ਗਈ ਉਹ ਛੱਡ ਕੇ ਚਲੇ ਗਏ ਹਾਂ ਜਿਹੜੇ ਰੈਗੂਲਰ ਡਾਕਟਰ ਹੈਗੇ ਆ EMO ਹੈਗੇ ਉਹ ਭਰੇ ਜਾ ਰਹੇ ਆ 410 ਦਾ ਟੈਸਟ ਹੋ ਚੁੱਕਿਆ ਉਹਨਾਂ ਦੀ ਮੈਰਿਟ ਲਿਸਟ ਵੀ ਆ ਰਹੀ ਹੈ ਉਹਨਾਂ ਦਾ ਸਾਰਾ ਪ੍ਰੋਸੀਜਰ ਪੂਰਾ ਕੀਤਾ ਜਾ ਰਿਹਾ ਸ਼ਾਇਦ ਉਮੀਦ ਕਰਦੇ ਹਾਂ ਕਿ 1-2 ਮਹੀਨੇ 'ਚ ਉਹ EMO ਤਾਂ ਆ ਜਾਣਗੇ ਸਾਡੇ ਕੋਲ ਜਿਹੜੇ ਐਮਰਜੈਂਸੀ ਮੈਡੀਕਲ ਅਫਸਰ ਹੋਣ ਇਸ ਤੋਂ ਇਲਾਵਾ ਜੇ ਕੋਈ ਗੱਲ ਕਰੀਏ ਕਿ ਮਸ਼ੀਨਰੀ ਜਾਂ ਕੁਛ ਹੋਰ ਜਿਹੀ ਘਾਟ ਹੈ ਵੀ ਜਿਸ ਦੇ ਨਾਲ ਡਾਕਟਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਜੇ ਕੋਈ ਕਦੀ ਚੀਜ਼ ਖਰਾਬ ਹੁੰਦੀ ਹੈ ਤਾਂ ਅਸੀਂ ਉੱਪਰ ਲਿਖ ਕੇ ਭੇਜਦੇ ਹਾਂ ਜਾਂ ਕੰਪਨੀ ਜਿਹੜੀ ਠੀਕ ਕਰਦੀ ਉਹਨੂੰ ਈਮੇਲ ਪਾ ਕੇ ਠੀਕ ਕਰਾਉਂਦੇ ਹਾਂ ਪਰ ਮੇਜਰ ਹੈ ਜੀ ਕੋਈ ਸਾਨੂੰ ਅਜੇ ਲੋਡ ਨਹੀਂ ਹੈਗੀ ਵੀ ਹੁਣੀ ਸਾਡੇ ਕੋਲ ਅਲਟਰਾਸਾਊਂਡ ਮਸ਼ੀਨ ਵੀ ਬਹੁਤ ਵਧੀਆ ਕੁਆਲਿਟੀ ਦੀ ਆਈ ਹੈ ਐਕਸਰੇ ਦਾ ਸਾਡਾ ਥੋੜ੍ਹਾ ਜਿਹਾ ਹੈਗਾ ਸੀ ਅਸੀਂ ਉਹ ਲਿਖ ਕੇ ਵੀ ਭੇਜਦੇ ਹਾਂ ਉਹ ਤਾਂ ਕੰਮ ਕਰ ਰਿਹਾ ਪਰ ਵਿੱਚ ਕਈ ਵਾਰੀ ਖਰਾਬ ਹੋ ਜਾਂਦਾ ਉਹ ਠੀਕ ਕਰਾਉਂਦੇ ਰਹਿੰਦੇ ਹਾਂ ਅਸੀਂ ਉਹ ਵੀ ਲਿਖ ਕੇ ਅੱਜ ਭੇਜਦੇ ਕਿ ਸਾਨੂੰ ਐਕਸਰੇ ਮਸ਼ੀਨ ਵੀ ਨਵੀਂ ਲੈ ਕੇ ਦਿੱਤੀ ਜਾਵੇ ਡਾਇਲਾਇਸਿਸ ਮਸ਼ੀਨ ਵਾਲੀ ਵੀ ਸਾਡੀ ਗੱਲਬਾਤ ਚੱਲ ਰਹੀ ਹੈ NGO ਨਾਲ ਵੀ ਚੱਲ ਰਹੀ ਹੈ ਕਿ ਸਾਨੂੰ NGO 'ਤੇ ਇੱਕ ਡਾਇਲਾਇਸਿਸ ਮਸ਼ੀਨ ਮਿਲ ਜੇ ਅਤੇ ਸਰਕਾਰ ਨੂੰ ਵੀ ਅਸੀਂ ਲਿਖ ਕੇ ਭੇਜਿਆ ਕਿ ਸਾਨੂੰ ਇੱਕ ਡਾਇਲਾਇਸਿਸ ਮਸ਼ੀਨ ਕਿਤੋਂ ਸ਼ਿਫਟ ਕਰਾਈ ਜਾਵੇ ਜਾਂ ਸਾਨੂੰ ਨਵੀਂ ਦਵਾਈ ਜਾਵੇ